ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਪੰਜਾਬ ਨਿਊਜ਼ ਟੀਵੀ ਦੇਖ ਰਹੇ ਸਾਰੇ ਹੀ ਜ਼ਰੂਰਤਿਆਂ ਨੂੰ ਜੀ ਹੁਣੇ-ਹੁਣੇ ਇੱਥੇ ਆਇਆ ਪੁਚਾਲ ਲੱਗੇ ਵੱਡੇ ਝਟਕੇ ਹੋ ਜਾਓ ਸਾਵਧਾਨ ਤਾਜ਼ਾ ਵੱਡੀ ਖਬਰ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਿਨ ਲੋਕਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੈਮ ਤੇ ਵੀਡੀਓ ਨੂੰ ਹੱਤ ਤੋਂ ਆ ਲਾਈਕ ਐਂਡ ਸ਼ੇਅਰ ਵੀ ਕਰ ਦੇਣਾ ਲਦਾਖ ਦੇ ਕਾਈਗਲ ਚ ਸੋਮਵਾਰ ਨੂੰ ਪੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਨੈਸ਼ਨਲ ਸੈਂਟਰ ਫੋਰਸਿਸ ਮਰੋਦ ਜੀ ਨੇ ਦੱਸਿਆ ਕਿ ਸੋਮਵਾਰ ਸਵੇਰ ਦਾਖ ਦੇ ਕਾਰਗਿਲ ਡਾਇਰੈਕਟਰਪਮਾਨ ਦੇ 4.3 ਤੇ ਬਟਾ ਦਾ ਪੁਚਾਲ ਆਇਆ ਪੁਚਾਲ ਜਿਹੜੇ ਕਰੀਬ 9 ਵਜੇ ਆਇਆ ਇਹ ਜ਼ਮੀਨ ਤੋਂ 10 ਕਿਲੋਮੀਟਰ ਹੇਠਾਂ ਸੀ ਐਨਜੀਐਸ ਨੇ ਦੱਸਿਆ ਕਿ ਪੁਚਾਲ ਦਾ ਕੇਂਦਰ ਕਾਰਿਗਲ 151 ਕਿਲੋਮੀਟਰ ਪੱਛਮਾ ਦੇ ਵਿੱਚ ਸੀ ਨੈਸ਼ਨਲ ਸੈਂਟਰ ਫੋਰਸਿਸ ਮੂਲੋਜੀ ਨੇ ਆਪਣੇ ਟਵਿੱਟਰ ਤੇ ਕਿਹਾ ਕਾਰਿਗਲ ਤੇ ਲਦਾਖ ਦੇ 64 ਕਿਲੋਮੀਟਰ ਵਯੂ ਐਨ ਡਬਲਯੂ ਵਿਚ ਸਵੇਰੇ ਕਰੀਬ 9:30 ਤੋਂ 4.3 ਦੇ ਬੱਧਾ ਦਾ ਪੁਚਾਲ ਆ ਪੁਚਾਲ ਦੀ ਡੁੰਗਾਈ ਜ਼ਮੀਨ ਤੋਂ 10 ਕਿਲੋਮੀਟਰ ਹੇਠਾਂ ਸੀ ਜੀ ਹਾਂ ਇਸ ਤੋਂ ਬਾਅਦ ਲੋਕਾਂ ਦੇ ਵਿੱਚ ਬਹੁਤ ਹੀ ਡਰ ਤੇ ਸਹਿਮ ਦਾ ਮਾਹੌਲ ਪੈਦਾ ਹੋ ਗਿਆ ਕਿਉਂਕਿ ਇਹ ਭਚਾਲ ਕਦੋਂ ਵੀ ਕਿਸੇ ਵੀ ਸਮੇਂ ਆ ਸਕਦਾ ਹੈ ਕਿਉਂਕਿ ਇਸ ਦੇ ਆਉਣ ਦੀ ਕੋਈ ਵੀ ਜਾਣਕਾਰੀ ਨਹੀਂ ਹੁੰਦੀ ਤੇ ਜਿਹੜੀ ਵਿਗਿਆਨੀ ਨੇ ਉਹਨਾਂ ਨੇ ਕਿਹਾ ਹੈ ਕਿ ਕਦੋਂ ਵੀ ਆ ਸਕਦਾ ਹੈ ਇਸ ਲਈ ਲੋਕਾਂ ਨੂੰ ਸਤ ਕਰਦੇ ਰਹਿਣ ਦੀ ਲੋੜ ਹੈ ਬਾਕੀ ਖਬਰਵਾਨ ਤੱਕ ਦੇਖਾਂਗੇ ਤੁਹਾਡਾ ਬਹੁਤ